ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਤੁਹਾਡਾ? ਆਸ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੋਨਾ ਢਿੱਲੋਂ ਕੁਕਿੰਗ ਵਲੌਗਸ ਵਿੱਚ। ਅੱਜ ਦੇਖੋ ਆਪਾਂ ਸਬਜ਼ੀਆਂ ਲਾ ਰਹੇ ਹਾਂ ਸਿਆਲ ਵਾਲੀਆਂ। ਅੱਜ ਕੁਕਿੰਗ ਤੋਂ ਥੋੜ੍ਹੀ ਹਟ ਕੇ ਵੀਡੀਓ ਆ, ਪਰ ਹੈ ਕੁਕਿੰਗ ਨਾਲ ਹੀ ਰਿਲੇਟਡ। ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਬੈੱਲ ਬਟਨ ਜ਼ਰੂਰ ਦਬਾਓ ਅਤੇ ਨਾਲ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ। ਠੀਕ ਹੈ ਜੀ, ਆ ਜਾਓ ਫਿਰ ਆਪਾਂ ਅੱਜ ਸਬਜ਼ੀਆਂ ਬੀਜੀਏ। ਹਾਂਜੀ, ਅੱਜ ਕੀ ਹੋ ਰਿਹਾ? ਅੱਜ ਆਪਾਂ ਸਰਦੀਆਂ ਦੀਆਂ ਸਬਜ਼ੀਆਂ ਬੀਜਣ ਲੱਗੇ ਆ। ਅੱਛਾ, ਫਿਰ ਕਿਆਰੀਆਂ ਪਹਿਲਾਂ ਬਣਾਈਏ, ਕਿਆਰੀਆਂ ਦੀ ਤਿਆਰੀ ਕਰੀਏ, ਅੱਛਾ ਫਿਰ ਬੀ ਬੀਜਾਂਗੇ। ਚਲੋ ਜੀ। ਇਹ ਸਾਡੇ ਗਵਾਂਢੀ ਆ ਰਾਜੂ ਜੀ, ਇਹ ਰਾਮੂ ਜੀ। ਰਾਮੂ ਜੀ, ਇਹਨੂੰ ਵੇਖਿਆ ਜੇ, ਕੀ ਹਾਲ ਚਾਲ ਆ? ਅੱਜ ਕੀ ਬੀਜਣ ਲੱਗੇ ਹੋ? ਅੱਛਾ, ਸਿਆਲੀ ਸਬਜ਼ੀ ਬੀਜਣ ਲੱਗੇ ਹੋ? ਹਾਂਜੀ, ਤੁਸੀਂ ਵੀ ਕਰਨਾ ਕੁਛ? ਅੱਛਾ, ਲੱਗ ਕੰਮ ਕਰਦਾ? ਚਲੋ ਠੀਕ ਆ, ਥੋੜ੍ਹਾ ਬਹੁਤ ਕੰਮ ਕਰਕੇ ਮੈਂ ਵੀ ਆਪਣਾ ਹਿੱਸਾ ਪਾ ਰਹੀ ਹਾਂ ਵਿੱਚ। ਜ਼ਮੀਨ ਜਿਹੜੀ ਉਹ ਗੋਡ ਰਹੇ ਉਹਨੂੰ ਥੋੜ੍ਹਾ ਜਿਹਾ ਪਲੇਨ ਕਰਨਾ ਹੁਣ ਸਾਰੀ ਨੂੰ। ਇਹਨੂੰ ਪਹਿਲਾਂ ਸਾਰੀ ਥਾਂ ਨੂੰ ਆਪਾਂ ਨੂੰ ਪਲੇਨ ਕਰਕੇ ਬੈੱਡ ਬਣਾਉਣਾ ਪੈਣਾ ਆ, ਉਸ ਤੋਂ ਬਾਅਦ ਆਪਾਂ ਵੱਟਾਂ ਪਾ ਕੇ ਫਿਰ ਸਬਜ਼ੀ ਲਾਵਾਂਗੇ। ਅਸੀਂ ਹਰ ਗਰਮੀਆਂ ਸਰਦੀਆਂ ਫਸਲ ਬੀਜਦੇ ਹਾਂ, ਮਤਲਬ ਭਾਵੇਂ ਥੋੜ੍ਹੀ ਬੀਜੀਏ ਭਾਵੇਂ ਜ਼ਿਆਦਾ, ਪਰ ਜ਼ਰੂਰ ਆਪਣੀ ਸਬਜ਼ੀ ਹੋਣੀ ਚਾਹੀਦੀ ਔਰਗੈਨਿਕ। ਬਸ ਉਹ ਚੱਲੀ ਆ ਕਿਆਰੀਆਂ ਤਿਆਰ, ਫਿਰ ਆਪਾਂ ਵੱਟਾਂ ਪਾ ਕੇ ਅਤੇ ਫਿਰ ਬੀਜਦੇ ਸਾਰਾ ਕੁਛ। ਠੀਕ ਹੈ ਜੀ, ਲਓ ਜੀ ਵੱਟਾਂ ਪੈ ਰਹੀਆਂ ਆ, ਹੁਣ ਆਪਾਂ ਸਬਜ਼ੀਆਂ ਲਾਵਾਂਗੇ। ਇਹ ਸਬਜ਼ੀਆਂ ਇੰਨੀਆਂ ਸਵਾਦ ਬਣਦੀਆਂ ਆ ਜਦੋਂ ਆਪਾਂ ਔਰਗੈਨਿਕ ਤਰੀਕੇ ਨਾਲ ਉਗਾਈਏ, ਬਿਨਾਂ ਖਾਦ ਤੋਂ ਅਤੇ ਬਿਨਾਂ ਕਿਸੇ ਕੈਮੀਕਲ ਤੋਂ, ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਆ। ਤੁਸੀਂ ਵੀ ਕੋਸ਼ਿਸ਼ ਕਰੋ ਭਾਵੇਂ ਥੋੜ੍ਹੀ ਜਿਹੀ ਗਮਲਿਆਂ ਦੇ ਵਿੱਚ ਹੀ ਲਾਈ ਜਾਵੇ, ਅਤੇ ਜੇ ਜਗ੍ਹਾ ਹੈਗੀ ਹੈ ਫਿਰ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਆ। ਲਓ ਜੀ ਆਪਾਂ ਸਾਰੇ ਬੀਜ, ਤੁਸੀਂ ਦੇਖ ਲਓ ਸਾਰੇ ਬੀਜ ਲੈ ਆਏ ਹਾਂ, ਮੈਨੂੰ ਲੱਗਦਾ ਇੱਕ ਅੱਧਾ ਰਹਿ ਗਿਆ ਵਿੱਚ, ਮੂਲੀਆਂ ਨਹੀਂ ਜੇ ਆਈਆਂ। ਲਓ ਜੀ ਕਿਆਰੀਆਂ ਬਣ ਰਹੀਆਂ ਵਾ, ਅਤੇ ਆਪਾਂ ਸਾਰਾ ਕੁਛ ਜਿਹੜਾ ਆ ਵੱਟਾਂ 'ਤੇ ਬੀਜਣਾ ਆ। ਬੀਜ ਤੁਹਾਨੂੰ ਦਿਖਾ ਦਿੱਤੇ ਆ, ਅਤੇ ਇਹਦੇ ਵਿੱਚ ਮੂਲੀਆਂ ਦਾ ਬੀਜ ਆਇਆ ਨਹੀਂ ਜੇ, ਉਹ ਹੁਣ ਮੈਨੂੰ ਲਿਆਉਣਾ ਪੈਣਾ ਜਾ ਕੇ। ਅਤੇ ਇਹ ਦੇਖੋ ਵੱਟਾਂ ਪਾ ਰਹੇ ਆ। ਲਓ ਜੀ ਆਪਾਂ ਚੱਲੇ ਹੁਣ ਬਾਜ਼ਾਰ ਨੂੰ ਮੂਲੀਆਂ ਦੇ ਬੀਜ ਲੈਣ, ਅਤੇ ਇੰਨੀ ਗਰਮੀ ਦੇ ਵਿੱਚ। ਅਸੀਂ ਕਿਆਰੀਆਂ ਦੇ ਵਿੱਚ ਯੂਰੀਆ ਡਾਈ ਵਗੈਰਾ ਕੁਛ ਨਹੀਂ ਯੂਜ਼ ਕੀਤਾ, ਕੋਈ ਕੈਮੀਕਲ ਯੂਜ਼ ਨਹੀਂ ਕੀਤਾ, ਇਹ ਅਸੀਂ ਜੈਵਿਕ ਖਾਦ ਜਿਹੜੀ ਪਾ ਰਹੇ ਹਾਂ ਗੰਡੋਇਆਂ ਵਾਲੀ, ਇਹਦੇ ਨਾਲ ਜਿਹੜੀ ਉਪਜਾਊ ਸ਼ਕਤੀ ਵੀ ਬਹੁਤ ਵੱਧਦੀ ਹੈ ਅਤੇ ਇਹਦਾ ਨੁਕਸਾਨ ਵੀ ਕੋਈ ਨਹੀਂ ਹੁੰਦਾ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਫਰਟੀਲਾਈਜ਼ਰਸ ਪੈ ਰਹੇ ਆ ਸਬਜ਼ੀਆਂ ਨੂੰ, ਜਿਹੜੇ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ। ਲਓ ਜੀ ਆਪਾਂ ਆ ਗਏ ਮੂਲੀਆਂ ਦੇ ਬੀਜ ਲੈ ਕੇ। ਕੀਤਾ ਸੋਨੂੰ ਕਹਿੰਦਾ ਮੇਰੀ ਦੁਕਾਨ 'ਤੇ ਹੈਗੇ ਆ, ਲੈ ਐਵੇਂ ਅਸੀਂ ਤੁਰੇ ਫਿਰਦੇ ਰਹੇ ਇੱਧਰ ਉੱਧਰ ਮੂਲੀਆਂ ਦੇ ਬੀਜ।
ਗਰਮੀ ਇੰਨੀ ਆ ਨਾ। ਦੋ ਪੈਕਟ ਲੈ ਆਈ ਆ, ਧਨੀਆ ਨਹੀਂ ਮਿਲਿਆ। ਧਨੀਆ ਤਾਂ ਹੈਗਾ, ਚਲੋ ਥੋੜਾ ਸੀ ਨਾ। ਲਓ ਜੀ ਆਪਾਂ ਹੁਣ ਮੂਲੀਆਂ ਲੱਗੇ ਬੀਜਣ, ਮੂਲੀਆਂ ਤੋਂ ਕਰਨ ਲੱਗੇ ਸ਼ੁਰੂਆਤ। ਮੂਲੀਆਂ ਬਿਲਕੁਲ ਲਾਗੇ ਹੋਣੀ ਚਾਹੀਦੀਆਂ ਤਾਂ ਕਿ ਆਪਾਂ ਰੋਟੀ ਖਾਣ ਲੱਗੇ ਫਟਾਫਟ ਪੁੱਟ ਕੇ ਨਾਲ ਖਾ ਲਈਏ। ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਆ ਕਿ ਬਹੁਤ ਜ਼ਿਆਦਾ ਸਪਰੇ ਯੂਜ਼ ਹੋ ਰਹੀ ਹੈ, ਕੈਮੀਕਲ ਯੂਜ਼ ਹੋ ਰਹੇ ਆ, ਅਤੇ ਇਸ ਤਰ੍ਹਾਂ ਹੁਣ ਸਰਵੇ ਹੋਇਆ ਇੱਕ ਕਿ ਮਾਂ ਦੇ ਦੁੱਧ ਵਿੱਚ ਵੀ ਕੈਮੀਕਲ ਆ ਚੁੱਕਾ ਆ, ਜਿਹੜਾ ਕਿ ਤੁਹਾਨੂੰ ਪਤਾ ਬੱਚਿਆਂ ਵਾਸਤੇ ਬਹੁਤ ਹਾਨੀਕਾਰਕ ਆ, ਉਸ ਤੋਂ ਹਾਨੀਕਾਰਕ ਚੀਜ਼ ਹੋ ਹੀ ਨਹੀਂ ਸਕਦੀ ਕੋਈ। ਅਤੇ ਪਲੀਜ਼ ਤੁਸੀਂ ਇਹੋ ਕੋਸ਼ਿਸ਼ ਕਰੋ ਕਿ ਘਰ ਦੀ ਸਬਜ਼ੀ ਜਿੰਨੀ ਕੁ ਉਗਾ ਸਕਦੇ ਜੇ ਜ਼ਰੂਰ ਉਗਾਓ। ਜਿਨ੍ਹਾਂ ਕੋਲ ਜਗ੍ਹਾ ਨਹੀਂ ਹੈਗੀ ਉਹਨਾਂ ਨੇ ਅੱਜ ਕੱਲ੍ਹ ਰੂਫ ਉੱਤੇ ਕਿਚਨ ਗਾਰਡਨ ਬਣਾਏ ਹੋਏ ਆ, ਤੁਸੀਂ ਦੇਖੇ ਹੀ ਹੋਣਗੇ। ਜਿੱਥੇ ਜਿੱਥੇ ਬੀਜੀਆਂ ਗਈਆਂ ਕਿਆਰੀਆਂ ਉੱਥੇ ਉੱਥੇ ਆਪਾਂ ਪਾਣੀ ਲਾਈ ਜਾਂਦੇ ਨਾਲੋ ਨਾਲ। ਇਹ ਕੱਦੂਆਂ ਦੀ ਵੱਲ ਆ ਜਿਹੜੀ ਫਰਸ਼ 'ਤੇ ਸੀ, ਉਹ ਇੱਧਰਲੇ ਪਾਸੇ ਵੀ ਆਈ ਹੋਈ ਕੰਧ ਤੋਂ ਪਾਰ। ਇਹ ਆਪਣੇ ਕੋਲ ਕੜੀ ਪੱਤੇ ਦਾ ਬੂਟਾ, ਬਹੁਤ ਵਧੀਆ ਹੋ ਰਿਹਾ। ਇਹ ਕੁਛ ਬਤਾਊਆਂ ਦੇ ਬੂਟੇ ਆ ਜਿਹੜੇ ਪੁਰਾਣੇ ਆ, ਹੁਣ ਨਵੀਂ ਪਨੀਰੀ ਆਪਾਂ ਲਾਉਣੀ ਹੈ। ਠੀਕ ਹੈ ਜੀ, ਲਓ ਜੀ ਸਬਜ਼ੀ ਆਪਣੀ ਸਾਰੀ ਬੀਜੀ ਗਈ ਹੈ, ਹੁਣ ਲਾ ਰਹੇ ਹਾਂ ਪਾਣੀ। ਹੁਣ ਇੱਕ ਵਾਰੀ ਪਾਣੀ ਨਾਲ ਭਰ ਦੇਣਾ ਚੰਗੀ ਤਰ੍ਹਾਂ, ਕਿਉਂਕਿ ਗਰਮੀ ਬਹੁਤ ਪੈ ਰਹੀ ਹੈ, ਜਿੰਨਾ ਪਾਣੀ ਦੇਵਾਂਗੇ ਉਨਾ ਹੀ ਵਧੀਆ, ਕਿਉਂਕਿ ਇਸ ਵਾਰ ਜਿਹੜੀ ਸਰਦੀ ਆ ਉਹ ਲੇਟ ਆ ਅੱਗੇ ਨਾਲੋਂ, ਇਸ ਕਰਕੇ ਪਾਣੀ ਜਿਹੜਾ ਬਹੁਤ ਜ਼ਰੂਰੀ ਹੈ। ਅਤੇ ਪਲੀਜ਼ ਮੇਰੀ ਰਿਕੁਐਸਟ ਆ, ਮੇਰੇ ਚੈਨਲ ਨੂੰ ਜ਼ਰੂਰ ਸਪੋਰਟ ਕਰੋ, ਜ਼ਰੂਰ ਸਬਸਕ੍ਰਾਈਬ ਕਰੋ, ਅਤੇ ਨਾਲ ਮੇਰੀਆਂ ਵੀਡੀਓਜ਼ ਵੀ ਜ਼ਰੂਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓਜ਼ 'ਤੇ। ਕੱਦੂ ਵੀ ਦੇਖੋ ਨਿੱਕੇ ਨਿੱਕੇ ਲੱਗੇ ਹੋਏ ਆ, ਪਹਿਲਾਂ ਵੀ ਮੈਂ ਵੀਡੀਓ ਪਾ ਚੁੱਕੀ ਕੱਦੂਆਂ ਦੀ। ਠੀਕ ਹੈ ਜੀ, ਤੁਸੀਂ ਵੀ ਆਪਣੇ ਘਰ ਜ਼ਰੂਰ ਥੋੜ੍ਹੀ ਬਹੁਤ ਸਬਜ਼ੀ ਲਾਓ। ਓਕੇ ਜੀ, ਬਾਏ, ਲਵ ਯੂ ਆਲ।